ਪਿਛਲੇ ਦਿਨੀ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਧਰੋੜਾਂ ਵਿਖੇ ਸ਼ਹੀਦ ਅਜਮੇਰ ਸਿੰਘ ਗਰੇਵਾਲ ਦੀ ਯਾਦ ਵਿੱਚ ਪੇਂਡੂ ਸ਼ਾਨਦਾਰ ਖੇਡ ਮੇਲਾ ਬੜੀ ਹੀ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ, ਜਿਸ ਵਿੱਚ ਕਬੱਡੀ, ਵਾਲੀਬਾਲ, ਬੈਲ ਗੱਡੀਆਂ ਦੀਆਂ ਦੌੜਾਂ ਤੋਂ ਇਲਾਵਾ ਲੜਕੀਆਂ ਦੀ ਕਬੱਡੀ ਦਾ ਸ਼ੋਅ ਮੈਚ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣਿਆ ਰਿਹਾ। ਇਸ ਮੌਕੇ ਕਲੱਬ ਦੇ ਵਿਸ਼ੇਸ਼ ਸਹਿਯੋਗੀ ਹਰਦੀਪ ਸਿੰਘ ਪੱਪੂ ਗਰੇਵਾਲ ਨੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਰਮਾਤਮਾ ਦੇ ਓਟ ਆਸਰੇ ਨਾਲ ਨੌਜਵਾਨਾਂ, ਪਿੰਡ ਵਾਸੀਆਂ ਅਤੇ NRI ਭਰਾਵਾਂ ਦੇ ਸਹਿਯੋਗ ਨਾਲ ਕੋਈ 30 ਕੁ ਸਾਲ ਬਾਅਦ ਪਿੰਡ ਧਰੋੜਾਂ ਵਿਖੇ ਖੇਡ ਮੇਲਾ ਕਰਵਾਇਆ ਗਿਆ। ਅਸੀਂ ਸ਼ਹੀਦ ਅਜਮੇਰ ਸਿੰਘ ਦੀ ਯਾਦ ਵਿੱਚ ਇੱਕ ਟੂਰਨਾਮੈਂਟ ਕਰਾਉਣ ਦਾ ਬੀੜਾ ਚੁੱਕਿਆ, ਜਿਸ ਦੇ ਵਿੱਚ ਮੈਨੂੰ ਸਾਰੇ ਪਿੰਡ ਨੇ ਸਹਿਯੋਗ ਦਿੱਤਾ ਅਤੇ ਅਸੀਂ ਸਾਰੇ ਪਿੰਡ, ਇਲਾਕਾ ਅਤੇ ਆਸ ਪਾਸ ਦੀਆਂ ਪੰਚਾਇਤਾਂ ਨੂੰ ਨਾਲ ਲੈ ਕੇ ਟੂਰਨਾਮੈਂਟ ਕਰਾਇਆ, ਜਿਸ ਦੇ ਵਿੱਚ ਕਬੱਡੀ ਦੀਆਂ ਬਹੁਤ ਨਾਮੀ ਗ੍ਰਾਮੀ ਕਲੱਬਾਂ ਨੇ ਆ ਕੇ ਸਾਡਾ ਹੌਸਲਾ ਅਫਜਾਈ ਕੀਤੀ ਅਤੇ ਸਾਡਾ ਟੂਰਨਾਮੈਂਟ ਬਹੁਤ ਸਫਲ ਹੋਇਆ। ਇਸ ਦੇ ਵਿੱਚ ਮੈਂ ਸਾਰੇ ਪਿੰਡ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮਾਈਕ ਅਤੇ ਵਿੱਤੀ ਸਹਾਇਤਾ ਦੇ ਕੇ ਸਾਡੇ ਟੂਰਨਾਮੈਂਟ ਨੂੰ ਸਫਲ ਕੀਤਾ, ਅਤੇ ਮੈਂ NRI ਵੀਰਾਂ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਲੱਖਾਂ ਰੁਪਈਆ ਬਾਹਰੋਂ ਭੇਜ ਕੇ ਸਾਡਾ ਵਿੱਤੀ ਮਾਣ ਕੀਤਾ। ਇਸ ਦੇ ਨਾਲ ਹੀ ਮੈਂ ਨੌਜਵਾਨਾਂ ਨੂੰ ਅਤੇ ਹੋਰ ਇਲਾਕੇ ਦੇ ਬੱਚਿਆਂ ਨੂੰ ਇਹ ਨਸੀਹਤ ਦਿੰਦਾ ਕਿ ਨਸ਼ਿਆਂ ਤੋਂ ਰਹਿਤ ਨਿਰੋਗ ਸਰੀਰ ਬਣਾਓ ਤਾਂ ਕਿ ਆਪਾਂ ਵੀ ਅੱਗੇ ਤੋਂ ਖੇਡਾਂ ਦੇ ਵਿੱਚ ਸੱਚਾ ਅਤੇ ਵਧੀਆ ਸਮਾਜ ਦੇ ਸਕੀਏ। ਇਹ ਟੂਰਨਾਮੈਂਟ ਦੀ ਖਾਸ ਵਿਸ਼ੇਸ਼ਤਾ ਸਾਡੀ ਇਹ ਰਹੀ ਕਿ ਇਹ ਸਾਰਾ ਟੂਰਨਾਮੈਂਟ ਸਿਆਸਤ ਤੋਂ ਰਹਿਤ, ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹੋਇਆ। ਹਰੇਕ ਪਿੰਡ ਦੇ ਬੱਚੇ ਬੱਚੇ ਨੇ ਸਾਨੂੰ ਪੂਰਨ ਸਹਿਯੋਗ ਦਿੱਤਾ। ਇਸ ਮੌਕੇ ਕਲੱਬ ਦੇ ਚੇਅਰਮੈਨ ਕੁਲਵਿੰਦਰ ਸਿੰਘ ਨੰਬਰਦਾਰ ਨੇ ਕਿਹਾ ਕਿ ਸਾਡੇ ਪਿੰਡ ਦੀ ਗਰਾਊਂਡ ਨੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਹਨ। ਅਸੀਂ ਇਹ ਜਿਹੜਾ ਟੂਰਨਾਮੈਂਟ ਕਰਵਾਇਆ ਇਹ ਸਾਰੇ ਸਿਆਸੀ ਪਾਰਟੀਆਂ ਤੋਂ ਉੱਪਰ ਉੱਠ ਕੇ ਕਰਵਾਇਆ ਵਾ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਡੀ ਕੋਸ਼ਿਸ਼ ਇਹ ਰਹੂਗੀ ਕਿ ਅਸੀਂ ਇੱਥੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਟੂਰਨਾਮੈਂਟ ਕਰਵਾਈਏ। ਬਾਹਰਲੇ ਦੇਸ਼ਾਂ ਦੀਆਂ ਟੀਮਾਂ ਜਿਵੇਂ ਪਾਕਿਸਤਾਨ, ਕੈਨੇਡਾ, ਉਹ ਟੀਮਾਂ ਨੂੰ ਅਸੀਂ ਬੁਲਾਉਣ ਦੀ ਸਾਡੀ ਕੋਸ਼ਿਸ਼ ਰਹੂਗੀ। ਕਲੱਬ ਦੇ ਪ੍ਰਧਾਨ ਡਾਕਟਰ ਸੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਖੇਡਾਂ ਅਸੀਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਰਵਾਈਆਂ ਹਨ ਅਤੇ ਅੱਗੋਂ ਤੋਂ ਵੀ ਅਸੀਂ ਕਰਵਾਉਂਦੇ ਰਹਾਂਗੇ। ਪੰਜਾਬ ਅੱਜ ਨਸ਼ਿਆਂ ਦੀ ਲਪੇਟ ਵਿੱਚ ਹੈ ਅਤੇ ਅਸੀਂ ਇਸ ਖੇਡ ਮੇਲੇ ਰਾਹੀਂ ਸਾਰਿਆਂ ਨੂੰ ਇਹ ਸੱਦਾ ਦਿੰਦੇ ਹਾਂ ਕਿ ਸਾਡੇ ਨੌਜਵਾਨ ਵੀਰ ਨੇ ਜਿਹੜੇ ਉਹ ਨਸ਼ਿਆਂ ਨੂੰ ਛੱਡ ਕੇ ਖੇਡਾਂ ਵੱਲ ਪ੍ਰੇਰਿਤ ਹੋਣ ਅਤੇ ਸਾਰੇ ਹੀ ਅਤੇ ਕਬੱਡੀ ਅਤੇ ਵਾਲੀਬਾਲ ਅਤੇ ਹਾਕੀ ਵਗੈਰਾ ਜੋ ਵੀ ਖੇਡਾਂ ਹੁੰਦੀਆਂ ਨੇ ਅਤੇ ਉਹਨਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ। ਇਸ ਮੌਕੇ 'ਤੇ ਸਕੱਤਰ ਰੋਜ਼ੀ ਰਵਿੰਦਰ ਗਰੇਵਾਲ ਨੇ ਕਿਹਾ ਕਿ ਜਿੱਥੇ ਨੌਜਵਾਨਾਂ ਨੇ ਖੇਡਾਂ ਕਰਵਾਉਣ ਦਾ ਚੰਗਾ ਬੀੜਾ ਚੁੱਕਿਆ ਹੈ ਉੱਥੇ ਸ਼ਹੀਦ ਅਜਮੇਰ ਸਿੰਘ ਨੂੰ ਵੀ ਯਾਦ ਕੀਤਾ ਹੈ। ਸਰਦਾਰ ਅਜਮੇਰ ਸਿੰਘ ਗਰੇਵਾਲ INA ਸੁਭਾਸ਼ ਚੰਦਰ ਬੋਸ ਦੀ ਫੌਜ ਦੇ ਵਿੱਚ ਸ਼ਾਮਲ ਹੋਏ ਅਤੇ ਉੱਥੋਂ ਨਾਗਾਲੈਂਡ ਤੋਂ ਲੜਦੇ ਹੋਏ ਅੰਗਰੇਜ਼ਾਂ ਦੀ ਕੈਦ 'ਚ ਹੋਏ ਅਤੇ ਦਿੱਲੀ ਲਾਲ ਕਿਲ੍ਹੇ ਵਿੱਚ ਉਹਨਾਂ ਨੇ ਸ਼ਹੀਦੀ ਨੂੰ ਪ੍ਰਾਪਤ ਕੀਤਾ। ਅੱਜ ਅਸੀਂ ਉਸ ਸ਼ਹੀਦ ਨੂੰ ਯਾਦ ਕਰਦੇ ਹੋਏ ਨੌਜਵਾਨਾਂ ਨੂੰ ਨਵਾਂ ਉਤਸ਼ਾਹ ਦੇਣ ਲਈ ਖੇਡ ਮੇਲੇ ਦਾ ਇੱਥੇ ਪ੍ਰਬੰਧ ਕੀਤਾ ਹੈ। ਜਿਵੇਂ ਆਪਾਂ ਦੇਖਦੇ ਹਾਂ ਕਿ ਪੰਜਾਬ ਦੀ ਜਵਾਨੀ ਨਸ਼ਿਆਂ 'ਚ ਗਰਕ ਹੋ ਰਹੀ ਹੈ, ਉਸ ਨੂੰ ਬਚਾਉਣ ਲਈ ਇੱਕ ਜਵਾਨੀ 'ਚ ਨਵੀਂ ਚੇਤਨਾ ਫੂਕਣ ਲਈ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਅਸੀਂ ਇਹ ਉਪਰਾਲਾ ਕੀਤਾ ਹੈ ਅਤੇ ਇਸ ਵਿੱਚ ਸਾਡੇ ਸਾਰੇ ਨਗਰ ਨਿਵਾਸੀ, ਗ੍ਰਾਮ ਪੰਚਾਇਤ ਅਤੇ NRI ਵੀਰ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਹੈ। ਇਸ ਖੇਡ ਮੇਲੇ ਵਿੱਚ ਸਾਰੀਆਂ ਹੀ ਪਾਰਟੀਆਂ ਦੇ ਸਿਆਸੀ ਨੇਤਾ ਦੇਖਣ ਨੂੰ ਮਿਲੇ। ਕਬੱਡੀ 32 ਕਿੱਲੋ ਭਾਰ ਵਿੱਚ ਧਰੋੜਾ ਪਿੰਡ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਮੁੱਲਾਪੁਰ ਦੀ ਟੀਮ ਨੇ ਦੂਸਰਾ ਸਥਾਨ ਲਿਆ। ਇਸੇ ਤਰ੍ਹਾਂ ਕਬੱਡੀ 37 ਕਿੱਲੋ ਵਿੱਚ ਚੀਮਾ ਫਸਟ, ਢੰਡਾਰੀ ਸੈਕਿੰਡ, ਭਾਰ 42 ਕਿੱਲੋ ਵਿੱਚ ਕਟਾਰੀ ਫਸਟ, ਢੰਡਾਰੀ ਸੈਕਿੰਡ। ਇਸੇ ਤਰ੍ਹਾਂ ਭਾਰ 52, 62 ਅਤੇ ਆਲ ਓਪਨ ਦੇ ਫਸਵੇਂ ਮੁਕਾਬਲੇ ਹੋਏ, ਜਿਨ੍ਹਾਂ ਵਿੱਚ ਕਮਾਲਪੁਰੇ ਆਲ ਓਪਨ ਦੀ ਟੀਮ ਨੇ ਜਲਾਲੀਵਾਲ ਨੂੰ ਚਿੱਤ ਕਰਕੇ ਕੱਪ 'ਤੇ ਕਬਜ਼ਾ ਕੀਤਾ। ਲੜਕੀਆਂ ਦੇ ਸ਼ੋਅ ਮੈਚ ਦੌਰਾਨ ਜਲੰਧਰ ਦੀ ਟੀਮ ਨੇ ਰਾੜਾ ਸਾਹਿਬ ਅਕੈਡਮੀ ਲੁਧਿਆਣਾ ਦੀ ਟੀਮ ਨੂੰ ਚਿੱਤ ਕੀਤਾ। ਇਸ ਮੌਕੇ ਸਿਆਸੀ ਨੇਤਾ ਮੁਨੀਸ਼ ਤਿਵਾੜੀ, ਹੀਰਾ ਸਿੰਘ ਰਾਬੜੀਆ, ਮੇਅਰ ਨਾਹਰ ਸਿੰਘ ਗਿੱਲ, ਦਲਜੀਤ ਸਿੰਘ, ਮਾਰਕੀਟ ਕਮੇਟੀ ਚੇਅਰਮੈਨ ਜਸਵਿੰਦਰ ਸਿੰਘ ਸੰਧੂ, ਮਲਕੀਤ ਸਿੰਘ ਬੀਰਮੀ, ਸਰਪੰਚ ਗੁਰਦਿਆਲ ਸਿੰਘ, ਮਨਜੀਤ ਸਿੰਘ, ਬਲਜਿੰਦਰ ਸਿੰਘ ਧਰੋੜ ਵੱਲੋਂ
ਇਨਾਮਾਂ ਦੀ ਵੰਡ ਕੀਤੀ ਗਈ। ਇਸ ਮੌਕੇ ਕਲੱਬ ਦੇ ਚੇਅਰਮੈਨ ਸੋਨੀ ਗਰੇਵਾਲ, ਰਾਜਦੀਪ, ਰਮਨਦੀਪ ਸਿੰਘ, ਨਿਰਮਲ ਸਿੰਘ, ਹਰਵਿੰਦਰ ਸੋਨੀ, ਗੁਰਜਿੰਦਰ ਲਾਲੀ, ਕਮਲਜੀਤ ਸਿੰਘ, ਹਰਪ੍ਰੀਤ ਸਿੰਘ, ਸੰਦੀਪ ਸਿੰਘ, ਅੰਤਰਵੀਰ ਸਿੰਘ, ਤਜਿੰਦਰ ਸਿੰਘ ਹੁੰਦਲ ਅਤੇ ਦਵਿੰਦਰ ਸਿੰਘ ਤੋਂ ਇਲਾਵਾ ਸਮੂਹ ਤਰੋੜ ਸਪੋਰਟਸ ਕਲੱਬ ਦੇ ਮੈਂਬਰਾਂ ਨੇ ਤਨਦੇਹੀ ਨਾਲ ਸੇਵਾ ਨਿਭਾਈ। ਇਸ ਖੇਡ ਮੇਲੇ ਵਿੱਚ ਗੀਤਕਾਰ ਅਮਰੀਕ ਸਿੰਘ ਤਰੋੜ ਵੀ ਸ਼ਾਮਲ ਹੋਏ। ਇਸ ਪ੍ਰੋਗਰਾਮ ਸੰਬੰਧੀ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 98 763 56 333।